ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਦੱਸਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਹਾਮੀ ਤੋਂ ਬਾਅਦ ਹੀ ਉਹ ਪਾਰਟੀ ਦਾ ਨਾਂ ਨਸ਼ਰ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲੜਨਗੇ। ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਮੁੱਖ ਮੰਤਰੀ ਵਜੋਂ ਆਪਣੇ 4.5 ਸਾਲਾਂ ਦੇ ਕਾਰਜਕਾਲ ਦਾ ਹਿਸਾਬ ਵੀ ਦਿੱਤਾ। ਸਾਬਕਾ ਮੁੱਖ ਮੰਤਰੀ ਜਿਹੜੇ ਕਿ ਪ੍ਰੈਸ ਕਾਨਫਰੰਸ ਵਿੱਚ ਪੂਰੀ ਤਿਆਰੀ ਕਰਕੇ ਆਏ ਲੱਗਦੇ ਸਨ, ਨੇ ਵਿਰੋਧੀਆਂ ਨੂੰ ਵੀ ਚੰਗੇ ਰਗੜੇ ਲਾਏ। ਕੈਪਟਨ ਨੇ ਆਪਣੇ ਵਿਰੋਧੀਆਂ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਉਹਨਾਂ 'ਤੇ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਕੈਪਟਨ ਨੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ 92% ਵਾਰੇ ਪੂਰੇ ਕਰਨ ਦਾ ਵੀ ਦਾਅਵਾ ਕੀਤਾ ਹੈ। ਕੈਪਟਨ BSF ਨੂੰ ਵੱਧ ਅਧਿਕਾਰ ਦੇਣ ਦੀ ਹਮਾਇਤ ਕਰਦੇ ਵੀ ਨਜ਼ਰ ਆਏ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ 'ਤੇ ਕਬਜ਼ਾ ਨਹੀਂ ਹੋ ਰਿਹਾ, BSF ਤਾਂ ਪੰਜਾਬ ਪੁਲਿਸ ਦੀ ਅਸਿਸਟੈਂਟ ਬਣ ਕੇ ਹੀ ਆ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦਾਂ 'ਤੇ ਸੁਰੱਖਿਆ ਕਰਨ ਲਈ ਅਜੇ ਟ੍ਰੇਨਡ ਨਹੀਂ ਹੈ, ਪੰਜਾਬ ਪੁਲਿਸ ਨੂੰ ਅਜੇ ਟ੍ਰੇਨਿੰਗ ਦੀ ਲੋੜ ਹੈ। ਕੈਪਟਨ ਨੇ ਚੰਨੀ ਸਰਕਾਰ ਦੇ 1 ਮਹੀਨੇ ਦੇ ਕਾਰਜਕਾਲ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਚੰਨੀ ਕੋਲ ਸਿਰਫ 2 ਮਹੀਨੇ ਬਚੇ ਨੇ, ਚੰਨੀ ਸਿਰਫ ਉਹੀ ਕੰਮ ਕਰ ਰਹੇ ਨੇ ਜੋ ਮੇਰੇ ਰਹਿੰਦਿਆਂ ਪਾਸ ਹੋਏ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਵੱਲੋਂ ਅਰੂਸਾ ਆਲਮ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਬਚਦੇ ਨਜ਼ਰ ਆਏ। ਬਿਊਰੋ ਰਿਪੋਰਟ, ਦ ਖਾਲਸ TV।